ਇਟਲੀ ਗਏ ਇੱਕ ਪੰਜਾਬੀ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਜੋ ਕਿ ਕਰੀਬ 15 ਸਾਲ ਤੋਂ ਇਟਲੀ 'ਚ ਰਹਿ ਰਿਹਾ ਸੀ ਤੇ ਇੱਕ ਸੜਕ ਹਾਦਸੇ ਦੇ ਵਿੱਚ ਉਸਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਕਿ ਆਪਣੀ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤ ਦੇ ਨਾਲ ਕੰਮ ਤੋਂ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸੜਕ ਤੇ ਹੀ ਪਲਟ ਗਈ ਅਤੇ ਖੰਭੇ 'ਚ ਜਾ ਕੇ ਵੱਜੀ, ਜਿਸ ਕਰਕੇ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਇਟਲੀ ਦੇ ਵਿੱਚ ਹੀ ਵਾਪਰਿਆ। ਦੱਸਿਆ ਜਾ ਰਿਹਾ ਕਿ ਕੁਲਵੰਤ ਸਿੰਘ, ਜਿਸ ਦੀ ਉਮਰ 38 ਸਾਲ ਹੈ, ਖੰਨਾ ਦੇ ਪਿੰਡ ਗੱਗੜ ਮਾਜਰਾ ਦਾ ਰਹਿਣ ਵਾਲਾ ਹੈ, ਜੋ 15 ਸਾਲਾਂ ਤੋਂ ਆਪਣੀ ਪਤਨੀ ਤੇ ਆਪਣੇ 2.5 ਸਾਲ ਦੇ ਬੇਟੇ ਨਾਲ ਇਟਲੀ ਦੇ ਵਿੱਚ ਹੀ ਰਹਿ ਰਿਹਾ ਹੈ। ਕੁਲਵੰਤ ਆਪਣੇ ਦੋਸਤ ਜਸਪ੍ਰੀਤ ਦੇ ਨਾਲ ਕੰਮ ਤੋਂ ਵਾਪਸ ਪਰਤ ਰਿਹਾ ਸੀ, ਅਚਾਨਕ ਹੀ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਤੇ ਪਲਟ ਗਈ ਤੇ ਖੰਭੇ 'ਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਕੁਲਵੰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਜਸਪ੍ਰੀਤ, ਜੋ ਉਸਦਾ ਦੋਸਤ ਸੀ, ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਹੁਣ ਇਹ ਖਬਰ ਪੰਜਾਬ 'ਚ ਰਹਿੰਦੇ ਪਰਿਵਾਰ ਤੱਕ ਵੀ ਪਹੁੰਚੀ ਹੈ ਤੇ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦਾ ਪੁੱਤ ਕੁਲਵੰਤ ਕਦੀ ਕਦੀ ਉਹਨਾਂ ਨੂੰ ਮਿਲਣ ਆਇਆ ਕਰਦਾ ਸੀ, 1.5 ਮਹੀਨਾ ਪਹਿਲਾਂ ਹੀ ਪੰਜਾਬ ਤੋਂ ਵਾਪਸ ਗਿਆ ਸੀ, ਤਾਂ ਹੁਣ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਹੈ, ਜੋ ਉਹਨਾਂ ਤੋਂ ਸਹਾਰ ਨਹੀਂ ਹੋ ਰਹੀ। ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਕੁਲਵੰਤ ਦਾ ਅੰਤਮ ਸੰਸਕਾਰ ਇਟਲੀ ਦੇ ਵਿੱਚ ਹੀ ਕੀਤਾ ਜਾਏਗਾ, ਕਿਉਂਕਿ ਉਸਦੀ ਪਤਨੀ ਤੇ ਬੱਚਾ ਵੀ ਉੱਥੇ ਹੀ ਹੈ। ਬਾਕੀ ਪੰਜਾਬ ਦਾ ਪਰਿਵਾਰ ਵੀ ਇਟਲੀ ਵਿੱਚ ਜਾ ਕੇ ਹੀ ਉਸਦੇ ਅੰਤਮ ਦਰਸ਼ਨ ਕਰੇਗਾ। ਹਾਂ ਜੀ, ਕੇਸ ਐਕਸੀਡੈਂਟ ਕੇਸ ਹੋਏ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ? ਸਾਨੂੰ ਫੋਨ ਆਇਆ ਸੀ, ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ, ਕਿੱਥੋਂ ਆ ਰਹੇ? ਹਾਂ ਜੀ, ਆਪੇ ਕੰਮ ਤੋਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਪੇਟ ਹੋ ਗਈ, ਬਸ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਇਹਨਾਂ ਨੂੰ ਘਰ ਪਰਿਵਾਰ। ਕਿੰਨਾ ਚਿਰ ਪਹਿਲਾਂ ਗਏ ਸੀ? 1.5 ਕੁ ਮਹੀਨਾ ਹੋਏ। ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ? ਹਾਂ ਜੀ, ਉੱਥੇ ਦੀ ਪਰਿਵਾਰ ਤੋਂ। ਇੱਥੇ ਕੌਣ ਕੌਣ ਰਹਿੰਦੇ ਨੇ ਜੀ? ਇੱਥੇ ਮੇਰੀ ਮਾਤਾ ਨੇ, ਡੈਡੀ ਨੇ, ਡੈਡੀ ਤਾਂ ਗੁਜਰੇ ਹੋਏ ਤੇ ਤਾਇਆ ਜੀ ਨੇ, ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉਰੇ ਰਹਿੰਦੀ ਹੈ। ਭਰਾ ਨਾਲ ਕਦੋਂ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ, ਉੱਥੇ ਜਾਂ ਘਰੇ ਗੱਲ ਹੋਈ ਹੋਵੇ ਕਿਸੇ ਨਾਲ? ਉਹਨਾਂ ਦਾ ਹੀ ਫੋਨ ਆਇਆ ਜੀ ਪਰਸੋਂ ਹੀ। ਉਹਨਾਂ ਨੇ ਮੇਰੇ ਕੋਲ, ਮੇਰੇ ਕਿਹੜਾ ਭਰਾ ਦੂਏ ਕਨੇਡਾ 'ਚ ਰਹਿੰਦੇ ਨੇ, ਉਹ ਮੇਰੀ ਕਿਹੜੀ ਸਿਸਟਰ ਆ, ਆਪਣੀ ਭੈਣ ਆ ਮੇਰੀ, ਉਹਨਾਂ ਨੇ ਉਹਨੂੰ, ਮੇਰੇ ਚਾਚਾ ਮੁੰਡੇ ਨੇ ਕਿਹੜੇ, ਉਹਨਾਂ ਨੂੰ ਫੋਨ ਕੀਤਾ ਅਤੇ ਉਹਨੇ ਮੈਨੂੰ ਸਾਜਰੇ 8 ਕੁ ਵਜੇ ਮੈਨੂੰ ਫੋਨ ਕਰਤਾ ਵੀ ਘਰੇ ਨਾ ਦੱਸੀ ਨੂੰ ਕਣਕਣ ਕਰ ਦੋ। 1.5 ਮਹੀਨੇ ਪਹਿਲਾਂ ਛੁੱਟੀ ਆਈ ਸੀ ਉੱਥੋਂ, ਤਾਂ ਕਿੰਨਾ ਕੁ ਸਮਾਂ ਘਰੇ ਬਿਤਾ ਕੇ ਗਿਆ ਸੀ? ਉਹਨੇ 3 ਮਹੀਨੇ ਲਾ ਗਈ ਸੀ। ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਰੂਟੀਨ 'ਚ ਹੁੰਦੀ ਰਹਿੰਦੀ, ਕਦੇ ਕਦੋਂ ਫੋਨ ਆਇਆ ਸੀਗਾ ਜੀ? ਫੋਨ ਤਾਂ ਰੋਜ਼ ਹੀ ਆਉਂਦੀ ਸੀ, ਇੱਕ ਦਿਨ ਪਹਿਲਾਂ। ਹਾਂ ਜੀ, ਫੋਨ ਤਾਂ ਰੋਜ਼ ਹੀ ਕਰਦੀ ਸੀ, ਆਸ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ, ਨਿਕਣ ਹੋ ਜਾਣਗੇ। ਉਹਨਾਂ ਦੇ ਪਰਿਵਾਰ 'ਚ ਉੱਥੇ ਕੌਣ ਕੌਣ ਆ ਜੀ? ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਅਤੇ ਘਰ ਦੇ ਅਤੇ ਤਿੰਨੇ ਹੀ ਅਤੇ ਕੁਲਵੰਤ ਸਿੰਘ ਜੀ, ਬਾਕੀ ਮੇਰੀ ਭੈਣ ਆ, ਆਪਣਾ ਪ੍ਰਾਹੁਣਾ ਜੀ, ਬਾਕੀ ਉਹਦੇ ਜਵਾਕ ਨੇ, ਇਕੱਠੇ ਹੀ ਰਹਿੰਦੇ ਤੇ ਪੱਕੇ ਉੱਥੇ? ਹਾਂ ਜੀ, ਹਾਂ ਜੀ, ਪੱਕੇ ਨੇ। ਹੁਣ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ, ਗੱਲਬਾਤ ਹੋਈ? ਹਾਂ ਜੀ, ਉਹ ਉੱਥੇ ਕਹਿੰਦੇ ਨੇ ਵੀ ਉੱਥੇ ਹੀ ਕਰ ਲਈ।